ਉਹ ਬਾਬਾ ਜੀ ਦੀ ਉੱਡ ਨਾਲ ਬਾਪੂ ਦੀ ਸਪੋਟ ਬਾਬਾ ਜੀ ਦੀ ਉੱਡ ਨਾਲ ਬਾਪੂ ਦੀ ਸਪੋਟ ਉਤੋਂ ਮਿਹਨਤਾਂ ਦੇ ਲਾ ਦਿੱਤੇ ਚਾਕ ਜੱਟ ਨੇ ਪੰਡਤਾਂ ਦੇ ਕੋਲ ਨਹੀਂ ਉਹ ਹਵਲ ਕਰਾਏ ਬਾਹੋਂ ਫੜ ਖੜੇ ਕੀਤੇ ਸੁੱਤੇ ਭਾਗ ਜੱਟ ਨੇ ਸਿਖਾਈ ਅੰਦਰ ਸੁਣਾਵਾਂਗੇ ਥੋੜਾ ਥੋੜਾ ਬੈਲੈਂਸ ਜਿਹਾ ਕਰਦੇ ਮਾੜਾ ਮਾੜਾ ਹਾਂ ਹਾਂ ਅੱਜ ਤਾਂ ਬੱਬੂ ਵਾਲੀ ਜਗ੍ਹਾ ਲਈ ਜਾਂਦਾ ਪੰਕ ਚ ਪੂਰਾ ਖਿੱਚ ਕੇ ਰੱਖਿਆ ਹੈਗਾ ਵਧੀਆ ਵਧੀਆ ਹਾਂ ਹਾਂ ਵਧੀਆ ਵਧੀਆ ਬਹੁਤ ਵਧੀਆ ਏਦਾਂ ਹੀ ਚਾਹੀਦਾ ਅੱਗੇ ਦਾ ਕੰਮ ਹੈ ਨਾ ਖਾ ਖਾ ਕੇ ਮਾਝੇ ਗਏ ਹੋਈਏ ਨਾ ਇੱਥੇ ਮੱਛਾ ਜਿਹਾ ਕੰਮ ਨਹੀਂ ਪਸੰਦ ਕਰਦੇ ਲੋਕ ਠੀਕ ਹੈ ਬਾਬਾ ਜੀ ਦੀ ਉੱਡ ਨਾਲ ਬਾਪੂ ਦੀ ਸਪੋਟ ਉੱਤੇ ਮਿਹਨਤਾਂ ਦੇ ਲਾ ਦਿੱਤੇ ਜਾਗ ਜੱਟ ਨੇ ਉਹ ਪੰਡਿਤਾਂ ਦੇ ਕੋਲ ਨਹੀਂ ਹੱਥ ਦੇ ਕਰਾਏ ਬਾਹ ਫੜ ਖੜੇ ਕਿਤੇ ਸੁੱਤੇ ਭਾਗ ਜੱਟ ਨੇ ਕਿਸੇ ਨਾਲ ਧੋਖਾ ਨਹੀਂ ਠੱਗੀ ਮਾਰੀਆ ਤੇਰੀ ਸੋਚ ਨੇ ਖਦਾਈ ਬਸ ਕੇ ਸਾਰੀ ਨੇ ਨਹੀਂ ਜਵਾਬ ਇਹਨੇ ਕੀ ਕਰਨਾ ਸਰਕਾਰ ਹੱਥ ਵਿੱਚ ਸਰਕਾਰ ਇਹਨਾਂ ਪੈਸਾ ਕਹਿੰਦੇ ਇਸ ਨੇ
ਕਹਿੰਦੇ ਗੱਭਰੂ ਬਲੈਕ ਕਰਦਾ ਵੇਖ ਕੇ ਚੜਾਈ ਫਿਰ ਕੌਣ ਜਾਂਦਾ ਬਹੁਤ ਆ।